ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇ ਦਿਓ ਜਿਵੇਂ ਡੀਪੀਸੀ ਪੰਜਾਬੀ ਤੇ ਪੱਤਰਕਾਰ ਦਲਵੀਰ ਚਰਖਾ ਦੇ ਮੁਕੇਰੀਆਂ ਤੋਂ ਇਹ ਰਿਪੋਰਟ, ਇਹ ਜੋ ਖਬਰ ਪ੍ਰਾਪਤ ਹੋਈ ਹੈ ਇਹ ਹੋਈ ਹੈ ਜੀ ਤਲਵਾੜਾ ਤੋਂ। ਤਲਵਾੜਾ ਦੇ SHO ਤੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਹਰਜਿੰਦਰ ਸਿੰਘ ਹੈਪੀ, ਜੋ ਕਿ ਸ਼ਿਵ ਸੈਨਾ ਦੇ ਪ੍ਰਧਾਨ ਨੇ। ਉਹਨਾਂ ਨੇ ਕਿਹਾ ਕਿ ਜਦੋਂ ਕਿਸੇ ਮਸਲੇ ਦੇ ਵਿੱਚ SHO ਤਲਵਾੜਾ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਨੇ ਅੱਗੋਂ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਬਹੁਤ ਜ਼ਿਆਦਾ ਜਿਹੜੀਆਂ ਨੇ ਗਾਲਾਂ ਦਿੱਤੀਆਂ ਗਈਆਂ ਨੇ। ਇਸੇ ਉਪਲਕਸ਼ ਦੇ ਵਿੱਚ ਬੰਟੀ ਜੋਗੀ ਦੇ ਨਾਲ ਹਰਜਿੰਦਰ ਸਿੰਘ ਹੈਪੀ DSP ਆਫਿਸ ਦੇ ਵਿੱਚ ਮੰਗ ਪੱਤਰ ਲੈ ਕੇ ਪਹੁੰਚਦੇ ਨੇ ਅਤੇ ਮੰਗ ਪੱਤਰ ਦਿੰਦੇ ਨੇ ਕਿ SHO ਤਲਵਾੜਾ ਦੀ ਜਾਂ ਤਾਂ ਬਦਲੀ ਕੀਤੀ ਜਾਵੇ ਜਾਂ ਉਹਨਾਂ ਨੂੰ ਕਿਹਾ ਜਾਵੇ ਕਿ ਸ਼ਿਵ ਸੈਨਾ ਹੈਪੀ ਕੋਲੋਂ ਜਿਹੜੀ ਇਹ ਮਾਫ਼ੀ ਮੰਗ ਲਈ ਜਾਵੇ ਲਿਖਤੀ ਰੂਪ ਦੇ ਵਿੱਚ, ਤਾਂ ਅਸੀਂ ਇਸ ਮਸਲੇ ਨੂੰ ਛੱਡ ਦਿਆਂਗੇ। ਜੇਕਰ ਉਹ ਇਸ ਤਰ੍ਹਾਂ ਨਹੀਂ ਕਰਦੇ ਤਾਂ ਫਿਰ ਅਸੀਂ ਧਰਨਾ ਵੀ ਲਗਾ ਸਕਦੇ ਹਾਂ। ਤੁਸੀਂ ਦੇਖਦੇ ਪਏ ਮੈਨੂੰ DPC ਪੰਜਾਬੀ ਅਤੇ ਦਲਵੀਰ ਚਰਖਾ ਦੀ ਮੁਕੇਰੀਆਂ ਤੋਂ ਇਹ ਰਿਪੋਰਟ। ਜੈ ਸ਼੍ਰੀ ਰਾਮ, ਜੈ ਮਹਾਕਾਲ। ਜਿੱਦਾਂ ਕਿ ਤੁਹਾਨੂੰ ਪਤਾ ਕਿ ਬੀਤੇ ਕੁਛ ਦਿਨ ਪਹਿਲਾਂ ਸਾਡੇ ਜਿਹੜੇ ਸ਼ਿਵ ਸੈਨਾ ਦੇ ਪ੍ਰਧਾਨ ਹੈ ਹਰਜਿੰਦਰਪਾਲ ਹੱਟੀ ਜੀ, ਇਹ ਪੰਜਾਬ ਦੇ ਪ੍ਰਭਾਰੀ ਹੈ ਯੂਥ ਦੇ, ਇਹਨਾਂ ਦੇ ਨਾਲ SHO ਤਲਵਾੜਾ ਨੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ। ਉਹਦੇ ਸੰਬੰਧ ਵਿੱਚ ਅਸੀਂ ਅੱਜ DSP ਸਾਹਿਬ ਨੂੰ ਮੰਗ ਪੱਤਰ ਦਿੱਤਾ, ਜਿਹਦੇ ਵਿੱਚ ਅਸੀਂ 4 ਦਿਨ ਦਾ ਸਮੇਂ ਮੰਗਿਆ ਵੀ ਜਾਂ ਤਾਂ SHO ਸਾਹਿਬ ਨੂੰ ਉੱਥੋਂ ਬਦਲਿਆ ਜਾਵੇ ਜਾਂ ਉਹ ਰਿਟਰ ਦੇ ਵਿੱਚ ਜਿਹੜਾ ਮਾਫ਼ੀਨਾਮਾ ਉਹ ਦੇਣ। ਅਗਰ ਇਹ ਇਸ ਤਰ੍ਹਾਂ ਨਹੀਂ ਹੁੰਦਾ ਤਾਂ 4 ਦਿਨ ਬਾਅਦ ਅਸੀਂ ਜਿਹੜਾ ਨੈਸ਼ਨਲ ਹਾਈਵੇ ਹੈ ਉਹ ਮਜਬੂਰੀ ਦੇ ਵਿੱਚ ਜਾਮ ਕਰਾਂਗੇ ਅਤੇ ਨਾਲ ਰੱਖਾਂਗੇ ਭੁੱਖ ਹੜਤਾਲ ਉਦੋਂ ਤੱਕ ਜਦੋਂ ਤੱਕ ਉਹ ਸਸਪੈਂਡ ਨਹੀਂ ਹੁੰਦਾ। ਜੈ ਸ਼੍ਰੀ ਅਕਾਲ।